ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਟੂ ਮਾਸਟਰ ਕਲਾਸਿਸ। ਸ਼ੁਰੂ ਕਰਦੇ ਹਾਂ ਅੱਜ ਦੇ ਕਰੰਟ ਅਫੇਅਰਸ ਦੇ ਨਾਲ। ਸਭ ਤੋਂ ਪਹਿਲਾਂ ਆਪਣੇ ਕੁਝ ਕੁ ਹਾਈ ਕੋਰਟਸ ਦੇ ਨਵੇਂ ਚੀਫ ਜਸਟਿਸ ਅਪੁਆਇੰਟ ਹੋਏ ਨੇ, ਉਹਨਾਂ ਦੇ ਇੱਕ ਵਾਰ ਆਪਾਂ ਗੋ ਥਰੂ ਹੋ ਜਾਂਦੇ ਹਾਂ। ਕਿਉਂ ਹੋਇਆ? ਕਿਉਂਕਿ ਇਹਨਾਂ 'ਚ ਕੁਝ ਕੁ ਹਾਈ ਕੋਰਟਸ ਦੇ ਜਿਹੜੇ ਚੀਫ ਜਸਟਿਸ ਹੁੰਦੇ ਸੀਗੇ, ਉਹ ਹੁਣ ਸੁਪਰੀਮ ਕੋਰਟ ਦੇ ਵਿੱਚ ਪ੍ਰਮੋਟ ਹੋ ਗਏ। ਸੋ ਉਹਨਾਂ ਨੂੰ ਰਿਪਲੇਸ ਕੀਤਾ ਕੁਝ ਕੁ ਨਵੇਂ ਚੀਫ ਜਸਟਿਸਿਸ ਨੇ। ਆਪਾਂ ਇੱਕ ਇੱਕ ਕਰਕੇ ਇਹਨਾਂ ਨੂੰ ਡਿਸਕਸ ਕਰਦੇ ਹਾਂ। ਸਭ ਤੋਂ ਪਹਿਲਾਂ ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੇ ਨਵੇਂ ਚੀਫ ਜਸਟਿਸ ਹੈਗੇ ਨੇ ਜੀ, ਲਿੰਗੱਪਾ ਨਾਰਾਇਣ ਸਵਾਮੀ। ਉਸ ਤੋਂ ਇਲਾਵਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਜਿਹੜੇ ਚੀਫ ਜਸਟਿਸ ਹੁੰਦੇ ਸੀਗੇ, ਜਸਟਿਸ ਕ੍ਰਿਸ਼ਨ ਮੁਰਾਰੀ, ਉਹ ਸੁਪਰੀਮ ਕੋਰਟ ਦੇ ਵਿੱਚ ਚਲੇ ਗਏ। ਸੋ ਉਹਨਾਂ ਨੂੰ ਰਿਪਲੇਸ ਕੀਤਾ ਜੀ ਹੁਣ ਰਵੀ ਸ਼ੰਕਰ ਜਾ। ਸੋ ਇਹ ਇੰਪੋਰਟੈਂਟ ਹੈ, ਧਿਆਨ 'ਚ ਰੱਖਿਓ, ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਨਵੇਂ ਚੀਫ ਜਸਟਿਸ ਹੈਗੇ ਨੇ ਜੀ, ਰਵੀ ਸ਼ੰਕਰ ਜਾ। ਰਾਜਸਥਾਨ ਹਾਈ ਕੋਰਟ ਦੇ ਚੀਫ ਜਸਟਿਸ ਹੈਗੇ ਨੇ ਜੀ, ਇੰਦਰਜੀਤ ਮੋਹੰਤੀ। ਆਂਧਰਾ ਪ੍ਰਦੇਸ਼ ਹਾਈ ਕੋਰਟ ਦੇ, ਇਹ ਵੀ ਇੰਪੋਰਟੈਂਟ ਹੈ ਕਿਉਂਕਿ ਇਹ ਹਾਈ ਕੋਰਟ ਨਵੀਂ ਬਣਾਈ ਗਈ ਹੈ। ਇਹਦੇ ਹਾਈ ਕੋਰਟ ਦੇ ਨਵੇਂ ਚੀਫ ਜਸਟਿਸ ਹੈਗੇ ਨੇ ਜੀ, ਜਸਟਿਸ ਜੇ ਕੇ ਮਹੇਸ਼ਵਰੀ। ਕੇਰਲਾ ਹਾਈ ਕੋਰਟ ਦੇ ਨਵੇਂ ਜਸਟਿਸ ਚੀਫ ਜਸਟਿਸ ਐਸ ਮਨੀ ਕੁਮਾਰ। ਸਿੱਕਿਮ ਹਾਈ ਕੋਰਟ ਦੇ ਨਵੇਂ ਚੀਫ ਜਸਟਿਸ ਅਨੂਪ ਕੁਮਾਰ ਗੋਸਵਾਮੀ। ਤੇ ਗੁਹਾਟੀ ਹਾਈ ਕੋਰਟ ਦੇ ਚੀਫ ਜਸਟਿਸ ਨਵੇਂ ਨੇ ਅਜਾਏ ਲਾਂਬਾ। ਮੈਂ ਕੁਐਸਚਨ ਪੁੱਛਦਾ ਤੁਹਾਡੇ ਤੋਂ, ਜਿਹੜੀ ਇਹ ਗੁਹਾਟੀ ਦੀ ਹਾਈ ਕੋਰਟ ਹੈ, ਇਹ ਕਿੰਨੀਆਂ ਸਟੇਟ ਦੀ ਸਾਂਝੀ ਹਾਈ ਕੋਰਟ ਹੈ? ਨਾਰਥ ਈਸਟ ਦੀਆਂ ਕਿੰਨੀਆਂ ਕੁ ਸਟੇਟ ਨੇ ਤੇ ਕਿਹੜੀਆਂ ਕਿਹੜੀਆਂ ਸਟੇਟਾਂ ਨੇ ਜਿਨ੍ਹਾਂ ਦੀ ਇਹ ਸਾਂਝੀ ਹਾਈ ਕੋਰਟ ਹੈ, ਗੁਹਾਟੀ ਹਾਈ ਕੋਰਟ? ਉਹਦਾ ਆਨਸਰ ਕਮੈਂਟ ਬਾਕਸ ਦੇ ਵਿੱਚ ਤੁਸੀਂ ਲਿਖੋ। ਹੁਣ ਅੱਜ ਦੀ ਪਹਿਲੀ ਨਿਊਜ਼ ਆ ਗਈ ਆਪਣੀ ਟ੍ਰੇਨ 18 ਬਾਰੇ, ਯਾਨੀ ਕਿ ਬੰਦੇ ਭਾਰਤ ਐਕਸਪ੍ਰੈਸ ਬਾਰੇ। ਨਿਊਜ਼ ਇਹ ਹੈ ਜੀ, ਇੱਕ ਨਵੇਂ ਰੂਟ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ। ਹੁਣ ਇਹ ਟ੍ਰੇਨ ਚੱਲੂਗੀ ਜੀ ਦਿੱਲੀ ਤੋਂ ਕਾਤਰਾ ਵਿਖੇ। ਕਾਤਰਾ ਬੇਸਿਕਲੀ ਜੰਮੂ ਐਂਡ ਕਸ਼ਮੀਰ ਦੇ ਵਿਖੇ ਹੈ। ਸੋ ਜਿਨ੍ਹਾਂ ਨੇ ਹੁਣ ਤੋਂ ਵੈਸ਼ਨੋ ਦੇਵੀ ਦੀ ਯਾਤਰਾ ਕਰਨੀ ਹੈ, ਉਹਨਾਂ ਦੀ ਯਾਤਰਾ ਸੁਖਾਲੀ ਹੋਜੂਗੀ, ਕਿਉਂਕਿ ਟ੍ਰੇਨ 18 ਯਾਨੀ ਕਿ ਬੰਦੇ ਭਾਰਤ ਐਕਸਪ੍ਰੈਸ ਇਹ ਹੁਣ ਉੱਥੋਂ ਤੱਕ ਵੀ ਚੱਲਿਆ ਕਰੂਗੀ। ਇਸ ਤੋਂ ਪਹਿਲਾਂ ਜਿਹੜਾ ਪਹਿਲਾ ਰੂਟ ਸੀਗਾ ਉਹ ਵੀ ਯਾਦ ਰੱਖਿਓ, ਟ੍ਰੇਨ 18 ਦਾ ਸਭ ਤੋਂ ਪਹਿਲਾ ਜਿਹੜਾ ਰੂਟ ਸੀਗਾ ਉਹ ਫਲੈਗ ਆਫ ਕੀਤਾ ਗਿਆ ਸੀਗਾ ਇਸੇ ਸਾਲ ਫਰਵਰੀ ਦੇ ਮਹੀਨੇ, ਦਿੱਲੀ ਤੋਂ ਲੈ ਕੇ ਵਾਰਾਣਸੀ ਤੱਕ ਉਹ ਰੂਟ ਸੀਗਾ। ਹੁਣ ਆਪਾਂ ਟ੍ਰੇਨ 18 ਬਾਰੇ ਗੱਲ ਕਰਦੇ ਹਾਂ। ਇਹਦਾ ਨਾਮ ਬਾਅਦ 'ਚ ਬਦਲ ਕੇ ਰੱਖ ਦਿੱਤਾ ਗਿਆ ਸੀਗਾ ਵੰਦੇ ਭਾਰਤ ਐਕਸਪ੍ਰੈਸ। ਤਾਂ ਇਹ ਆਪਣੇ ਇੰਡੀਆ ਦੀ ਇੰਡੀਜੀਨੀਅਸਲੀ ਡੈਵਲਪਡ ਇੰਜਨ ਲੈਸ ਸੈਮੀ ਹਾਈ ਸਪੀਡ ਟ੍ਰੇਨ ਹੈ। 180 ਕਿਲੋਮੀਟਰ ਪਰ ਆਰ ਤੱਕ ਦੀ ਇਹਦੀ ਸਪੀਡ ਹੈ ਤੇ ਇਹਨੂੰ ਆਪਣੇ ਇੰਡੀਆ ਨੇ ਹੀ ਬਣਾਇਆ, ਆਪਣੇ ਕਿਸੇ ਵੀ ਕੰਟਰੀ ਦੀ ਹੈਲਪ ਨਹੀਂ ਲਈ। ਇਸ ਟ੍ਰੇਨ ਨੂੰ ਡੈਵਲਪ ਕੀਤਾ ਜੀ ਆਪਣੇ ਇੰਡੀਆ ਦੀ ਇੰਟੀਗਰਲ ਕੋਚ ਫੈਕਟਰੀ ਜੋ ਕਿ ਚੇਨਈ ਵਿਖੇ ਹੈ। ਉਸ ਤੋਂ ਇਲਾਵਾ ਇਸ ਟ੍ਰੇਨ ਨੂੰ ਬਣਾਇਆ ਤਾਂ ਇੰਟੀਗਰਲ ਕੋਚ ਫੈਕਟਰੀ ਚੇਨਈ ਵਿਖੇ ਹੈ ਉਹਨੇ ਹੈ, ਬਟ ਹੁਣ ਤੋਂ ਜਿਹੜੀਆਂ ਇਹ ਟ੍ਰੇਨਸ ਬਣਾਈਆਂ ਜਾਣਗੀਆਂ ਇਹ ਬਣਾਈਆਂ ਜਾਣਗੀਆਂ ਜੀ ਰਾਏ ਬਰੇਲੀ ਯੂਪੀ ਵਿਖੇ। ਇੱਕ ਫੈਕਟਰੀ ਹੈ ਉਹਦਾ ਨਾਮ ਹੈਗਾ ਜੀ ਮਾਡਰਨ ਕੋਚ ਫੈਕਟਰੀ। ਸੋ ਧਿਆਨ 'ਚ ਰੱਖਿਓ ਹੁਣ ਤੋਂ ਜਿਹੜੀ ਵੰਦੇ ਭਾਰਤ ਐਕਸਪ੍ਰੈਸ ਟ੍ਰੇਨ ਹੈ ਉਹ ਇਸ ਫੈਕਟਰੀ ਦੇ ਵਿੱਚ ਬਣਾਈ ਜਾਊਗੀ। ਮੈਕਸੀਮਮ ਸਪੀਡ ਇਸ ਟ੍ਰੇਨ ਦੀ 180 ਕਿਲੋਮੀਟਰ ਪਰ ਆਰ ਹੈ ਤੇ ਇਹਦੀ ਬਾਡੀ ਕਿਹਦੀ ਬਣੀ ਹੋਈ ਹੈ ਜੀ, ਉਹ ਬਣੀ ਹੋਈ ਹੈ ਸਟੇਨਲੈਸ ਸਟੀਲ ਦੀ। ਇਹ ਤੁਸੀਂ ਧਿਆਨ 'ਚ ਰੱਖਿਓ, ਇੰਪੋਰਟੈਂਟ ਹੈ। ਇਸ ਟ੍ਰੇਨ ਨੂੰ ਲਿਆਉਣ ਦਾ ਮਕਸਦ ਬੇਸਿਕਲੀ ਇਹ ਸੀਗਾ ਆਪਣੇ ਦੇਸ਼ ਦੇ ਵਿੱਚ ਜਿਹੜੀ ਸ਼ਤਾਬਦੀ ਐਕਸਪ੍ਰੈਸ ਹੈ ਉਹਨੂੰ ਰਿਪਲੇਸ ਕਰੂਗੀ ਇਹ ਟ੍ਰੇਨ ਵੰਦੇ ਭਾਰਤ ਐਕਸਪ੍ਰੈਸ। ਤੇ ਇਹ 100% ਇੰਡੀਜੀਨੀਅਸਲੀ ਡੈਵਲਪਡ ਹੈ ਆਪਣੇ ਮੇਕ ਇਨ ਇੰਡੀਆ ਇਨੀਸ਼ੀਏਟਿਵ ਦੇ ਤਹਿਤ। ਹੋਰ ਫੀਚਰਸ ਬਾਰੇ ਗੱਲ ਕਰੀਏ ਇਸ ਟ੍ਰੇਨ ਦੇ ਤਾਂ ਇਹਦੇ ਵਿੱਚ ਬਾਇਓ ਵੈਕਿਊਮ ਟਾਇਲਟਸ ਲੱਗੇ ਹੋਏ ਨੇ, ਸੀਸੀਟੀਵੀ ਕੈਮਰਾਜ਼, 100% ਏਅਰ ਕੰਡੀਸ਼ਨ ਟ੍ਰੇਨ ਹੈ, ਆਟੋਮੈਟਿਕ ਡੋਰਸ ਤੇ ਫੁੱਟ ਸਟੈਪਸ ਨੇ ਇਸ ਟ੍ਰੇਨ ਦੇ। ਉਸ ਤੋਂ ਇਲਾਵਾ GPS ਬੇਸ ਪੈਸੰਜਰ ਇਨਫੋਰਮੇਸ਼ਨ ਸਿਸਟਮ ਹੈ, ਪੈਸੰਜਰ ਦੀ ਸੀਟ ਦੇ ਅੱਗੇ ਇੱਕ GPS ਬੇਸ ਇਨਫੋਰਮੇਸ਼ਨ ਸਿਸਟਮ ਲੱਗਾ ਹੈ ਜਿੱਥੋਂ ਲੋਕ ਇੱਥੋਂ ਦੀ ਜਾਣਕਾਰੀ ਲੈ ਸਕਦੇ ਨੇਗੇ ਇਸ ਟ੍ਰੇਨ ਦੇ ਵਿੱਚ। ਤੇ ਇਸ ਉਸ ਟ੍ਰੇਨ ਦੀਆਂ ਕੁਝ ਕੁ ਫੋਟੋਆਂ ਨੇ ਜੋ ਕਿ ਇੰਡੀਅਨ ਰੇਲਵੇ ਦੁਆਰਾ ਸ਼ੇਅਰ ਕੀਤੀਆਂ ਗਈਆਂ ਸੀ। ਆਹ ਦੇਖੋ ਜਿਹੜੇ ਹੈਂਡੀਕੈਪ ਲੋਕ ਨੇ ਉਹਨਾਂ ਲਈ ਅਲੱਗ ਤੋਂ ਇੱਥੇ ਜਗ੍ਹਾ ਬਣਾਈ ਹੋਈ ਹੈ ਤੇ ਬਹੁਤ ਹੀ ਸੋਹਣੀ ਟ੍ਰੇਨ ਹੈ, ਬਹੁਤ ਹੀ ਵਧੀਆ ਡਿਜ਼ਾਇਨ ਹੈ, ਤੁਸੀਂ ਦੇਖ ਸਕਦੇ ਹੋ। ਤੇ ਆਹ ਉਹ ਬਾਇਓ ਵੈਕਿਊਮ ਟਾਇਲਟਸ ਨੇਗੇ ਇਸ ਟ੍ਰੇਨ ਦੇ ਵਿੱਚ ਡੈਵਲਪ। ਸੋ ਕਾਫੀ ਸੁਪੀਰੀਅਰ ਡਿਜ਼ਾਇਨ ਹੈਗਾ ਇਸ ਟ੍ਰੇਨ ਦਾ। ਹੁਣ ਆਪਾਂ ਗੱਲ ਕਰਦੇ ਹਾਂ ਸਭ ਤੋਂ ਇੰਪੋਰਟੈਂਟ ਜਿਹੜੀ ਕਦੇ ਵੀ ਕਰਵਾਈ ਨਹੀਂ ਜਾਂਦੀ, ਇਹ ਟ੍ਰੇਨ ਕੰਮ ਕਿਵੇਂ ਕਰਦੀ ਹੈ, ਕਿਹੜੀ ਟੈਕਨੋਲੋਜੀ ਹੈ ਇਸ ਟ੍ਰੇਨ ਦੇ ਵਿੱਚ ਤੇ ਇਹੋ ਜਿਹਾ ਕੀ ਨਵਾਂ ਲਿਆਂਦਾ ਜਿਹੜਾ ਆਪਾਂ ਨੂੰ ਸ਼ਤਾਬਦੀ ਐਕਸਪ੍ਰੈਸ ਨੂੰ ਰਿਪਲੇਸ ਕਰਨ ਦੀ ਇਹੋ ਜਿਹੀ ਲੋੜ ਪੈਗੀ। ਤਾਂ ਦੇਖੋ ਜੇ ਆਪਾਂ ਪੁਰਾਣੀਆਂ ਟ੍ਰੇਨਸ ਆਪਣੇ ਇੰਡੀਆ ਦੇ ਵਿੱਚ ਜਿਹੜੇ ਕਨਵੈਨਸ਼ਨਲ ਟ੍ਰੇਨਸ ਨੇ ਜਿਹੜੀਆਂ ਇੰਜਨ ਦੇ ਉੱਪਰ ਚੱਲਦੀਆਂ ਨੇ ਉਹਨਾਂ ਬਾਰੇ ਗੱਲ ਕਰੀਏ ਤਾਂ ਆਪਾਂ ਸਾਰਿਆਂ ਨੂੰ ਪਤਾ ਟ੍ਰੇਨ ਦੇ ਜਿਹੜੇ ਡੱਬੇ ਹੁੰਦੇ ਨੇ ਉਹਨਾਂ ਨੂੰ ਇੱਕ ਇੰਜਨ ਪੁੱਲ ਕਰਦਾ ਤੇ ਇਹਦੇ ਕਰਕੇ ਹੁਣ ਫਰਜ਼ ਕਰੋ ਦਿੱਲੀ ਤੋਂ ਲੈ ਕੇ ਕੰਨਿਆਕੁਮਾਰੀ ਤੱਕ ਕਿਸੇ ਟ੍ਰੇਨ ਨੇ ਜਾਣਾ। ਹੁਣ ਇਹ ਜ਼ਰੂਰੀ ਤਾਂ ਹੈ ਨਹੀਂ ਵੀ ਉਹ ਇੱਕ ਇੰਜਨ ਹੀ ਦਿੱਲੀ ਤੋਂ ਲੈ ਕੇ ਤੁਹਾਨੂੰ ਕੰਨਿਆਕੁਮਾਰੀ ਤੱਕ ਪਹੁੰਚਾ ਦੂਗਾ, ਰਾਹ ਦੇ ਵਿੱਚ ਇੰਜਨ ਚੇਂਜ ਕਰਨਾ ਪੈ ਸਕਦਾ ਜਿਹਨੂੰ ਸ਼ੰਟਿੰਗ ਆਫ ਇੰਜਨ ਕਹਿੰਦੇ ਨੇ। ਇਹਦੇ ਕਰਕੇ ਟਾਈਮ ਬਹੁਤ ਵੇਸਟ ਹੁੰਦਾ, ਉਸ ਤੋਂ ਇਲਾਵਾ ਐਨਰਜੀ ਬਹੁਤ ਵੇਸਟ ਹੁੰਦੀ ਹੈ ਇੰਜਨ ਕਰਕੇ ਟ੍ਰੇਨ ਦੇ ਉੱਪਰ ਜ਼ੋਰ ਬਹੁਤ ਲੱਗਦਾ, ਉਸ ਤੋਂ ਇਲਾਵਾ ਕੋਲੇ ਦੇ ਉੱਪਰ ਚੱਲਦੇ ਨੇ ਕਈ ਟ੍ਰੇਨਾਂ, ਪੋਲਿਊਸ਼ਨ ਵੀ ਕ੍ਰੀਏਟ ਹੁੰਦਾ। ਸੋ ਇਹਨਾਂ ਚੀਜ਼ਾਂ ਨੂੰ ਰਿਪਲੇਸ ਕਰਨ ਦੇ ਲਈ ਇਹ ਵੰਦੇ ਭਾਰਤ ਐਕਸਪ੍ਰੈਸ ਲਿਆਂਦੀ ਗਈ ਹੈ।
ਸੋ ਇਸ ਜਿਹੜੀ ਹੈ ਇੰਜਨਲੈਸ ਟ੍ਰੇਨ ਨੂੰ ਆਪਾਂ ਕਹਿੰਦੇ ਹਾਂ ਜੀ ਇਲੈਕਟ੍ਰੀਕਲ ਮਲਟੀਪਲ ਯੂਨਿਟ। ਸੋ ਇੰਜਨਲੈਸ ਟ੍ਰੇਨਾਂ ਨੂੰ ਇਸ ਡਿਜ਼ਾਈਨ ਦੇ ਨਾਲ ਬੁਲਾਇਆ ਜਾਂਦਾ ਜੀ, ਇਹਨੂੰ ਕਹਿੰਦੇ ਨੇ। ਸੋ ਜਿਹੜੀ ਟ੍ਰੇਨ 18 ਹੈ ਇਹਦੇ ਵਿੱਚ ਟੋਟਲ 16 ਡੱਬੇ ਨੇ। ਹੁਣ ਇਹਦੇ ਤੇ ਕਨਵੈਨਸ਼ਨਲ ਟ੍ਰੇਨ ਦੇ ਵਿੱਚ ਬੇਸਿਕਲੀ ਫਰਕ ਹੈਗਾ ਕਿ ਉਹਨੂੰ ਸਮਝਦੇ ਆ। ਆਹ ਫੋਟੋ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਟ੍ਰੇਨ 18 ਹੈ। ਇਹਦਾ ਜਿਹੜਾ ਹਰੇਕ ਡੱਬਾ, ਹੁਣ ਧਿਆਨ ਨਾਲ ਸੁਣੋ ਇਹ ਕੰਮ ਕਿਵੇਂ ਕਰਦੀ ਹੈ, ਇਹਦਾ ਜਿਹੜਾ ਹਰੇਕ ਕੋਚ ਹੈ ਹਰੇਕ ਡੱਬਾ ਉਹਦੇ ਵਿੱਚ ਇੱਕ ਮੋਟਰ ਲੱਗੀ ਹੋਈ ਹੈ ਜਿਹੜੀ ਕਿ ਟ੍ਰੇਨ ਨੂੰ ਅੱਗੇ ਮੂਵ ਕਰਦੀ ਹੈ। ਸੋ ਇਸ ਟ੍ਰੇਨ ਦਾ ਜਿਹੜਾ ਹਰੇਕ ਕੋਚ ਹੈ ਹਰੇਕ ਡੱਬਾ ਉਹ ਆਪਣੀ ਜਿਹੜੀ ਟ੍ਰੇਨ ਹੈ ਇਹਨੂੰ ਅੱਗੇ ਮੂਵ ਕਰਨ ਦੇ ਵਿੱਚ ਹੈਲਪ ਕਰਦਾ। ਇਹਦੇ ਨਾਲ ਹੁਣ ਇਸ ਟ੍ਰੇਨ ਦੇ ਵਿੱਚ ਇੱਕ ਮੇਨ ਇੰਜਨ ਤਾਂ ਹੈ ਨਹੀਂ ਜਿਵੇਂ ਆਪਣੀ ਆਮ ਕਨਵੈਨਸ਼ਨਲ ਟ੍ਰੇਨਾਂ ਹੁੰਦੀਆਂ ਨੇ, ਇਹਦੇ ਹਰੇਕ ਡੱਬੇ ਦੇ ਵਿੱਚ ਇੱਕ ਮੋਟਰ ਲੱਗੀ ਹੋਈ ਹੈ ਜੋ ਕਿ ਇਹ ਟ੍ਰੇਨ ਨੂੰ ਐਕਸਲਰੇਟ ਕਰਦਾ। ਇਹਦੇ ਨਾਲ ਹੁਣ ਇੱਕ ਤਾਂ ਟ੍ਰੇਨ ਦੀ ਐਕਸਲਰੇਸ਼ਨ ਵਧੂਗੀ, ਉਸ ਤੋਂ ਇਲਾਵਾ ਇਕੋ ਫਰੈਂਡਲੀ ਹੈਗੀ, ਤੇ ਉਸ ਤੋਂ ਇਲਾਵਾ ਸਭ ਤੋਂ ਇੰਪੋਰਟੈਂਟ ਫਾਇਦਾ ਇਹਨੂੰ ਇੱਕੋ ਦਮ ਰੋਕਿਆ ਜਾ ਸਕਦਾ। ਠੀਕ ਹੈ, ਡੀ ਐਕਸਲਰੇਟ ਤੇ ਐਕਸਲਰੇਟ ਇਸ ਟ੍ਰੇਨ ਨੂੰ ਇੱਕੋ ਦਮ ਕਰਿਆ ਜਾ ਸਕਦਾ। ਪੁਰਾਣੀਆਂ ਟ੍ਰੇਨਾਂ ਦੀ ਆਪਾਂ ਗੱਲ ਕਰੀਏ ਉਹਨੂੰ ਰੋਕਣ ਲੱਗਦੇ ਆਪਾਂ 10 ਮਿੰਟ 'ਚ ਤਾਂ ਉਹ ਟ੍ਰੇਨ ਰੁਕਦੀ ਸੀਗੀ, ਬਟ ਇਸ ਟ੍ਰੇਨ ਨੂੰ ਇੱਕੋ ਦਮ ਰੋਕਿਆ ਜਾ ਸਕਦਾ ਤੇ ਕੁਇਕਲੀ ਇਸ ਟ੍ਰੇਨ ਨੂੰ ਐਕਸਲਰੇਟ ਕਰਿਆ ਜਾ ਸਕਦਾ। ਇਸ ਟੈਕਨੋਲੋਜੀ ਦੇ ਉੱਪਰ ਇਹ ਟ੍ਰੇਨ ਓਪਰੇਟ ਕਰਦੀ ਹੈ। ਸੋ ਇਹ ਸੀਗਾ ਸਾਰਾ ਟ੍ਰੇਨ 18 ਬਾਰੇ। ਹੁਣ ਆਪਾਂ ਲੱਗਦੇ ਹੱਥ ਗੱਲ ਕਰ ਲਈਏ ਜੀ ਟ੍ਰੇਨ 20 ਬਾਰੇ, ਜੋ ਕਿ ਆਪਣੇ ਇੰਡੀਆ ਦਾ ਅਗਲਾ ਆਪਣੇ ਇੰਡੀਅਨ ਰੇਲਵੇਜ਼ ਦਾ ਫਿਊਚਰ ਪ੍ਰੋਜੈਕਟ ਹੈਗਾ। ਟ੍ਰੇਨ 20 ਤੇ ਟ੍ਰੇਨ 18 ਦੇ ਵਿੱਚ ਬੇਸਿਕਲੀ ਫਰਕ ਸਭ ਤੋਂ ਪਹਿਲਾਂ ਤਾਂ ਇਹ ਹੈ, ਜਿਹੜੀ ਟ੍ਰੇਨ 18 ਸੀਗੀ ਉਹਦੀ ਬੋਡੀ ਤਾਂ ਹੈਗੀ ਹੈ ਆਪਣੀ ਸਟੇਨਲੈਸ ਸਟੀਲ ਦੀ, ਬਟ ਜਿਹੜੀ ਟ੍ਰੇਨ 20 ਹੋਊਗੀ ਇਹ ਧਿਆਨ 'ਚ ਰੱਖਿਓ ਇਹਦੀ ਬੋਡੀ ਹੋਊਗੀ ਜੀ ਐਲੂਮੀਨੀਅਮ ਦੀ। ਠੀਕ ਹੈ, ਸੋ ਇਹਦੀ ਬੋਡੀ ਐਲੂਮੀਨੀਅਮ ਤੋਂ ਬਣੂਗੀ ਤੇ ਇਹ ਟ੍ਰੇਨ ਕਿਹਨੂੰ ਰਿਪਲੇਸ ਕਰੂਗੀ? ਟ੍ਰੇਨ 20 ਇਹ ਰਿਪਲੇਸ ਕਰੂਗੀ ਆਪਣੀ ਰਾਜਧਾਨੀ ਐਕਸਪ੍ਰੈਸ ਨੂੰ। ਟ੍ਰੇਨ 18 ਸ਼ਤਾਬਦੀ ਐਕਸਪ੍ਰੈਸ ਨੂੰ ਰਿਪਲੇਸ ਕਰੂਗੀ ਤੇ ਟ੍ਰੇਨ 20 ਰਾਜਧਾਨੀ ਐਕਸਪ੍ਰੈਸ ਨੂੰ ਰਿਪਲੇਸ ਕਰੂਗੀ। ਤੇ ਇਹ ਜਿਹੜੀ ਟ੍ਰੇਨ 20 ਹੈ ਇਹ ਉਮੀਦ ਕਰੀ ਜਾ ਸਕਦੀ ਹੈ ਵੀ ਅਗਲੇ ਸਾਲ 2020 ਤੱਕ ਇਸ ਟ੍ਰੇਨ ਨੂੰ ਵੀ ਲਾਂਚ ਕੀਤਾ ਜਾਊਗਾ ਆਪਣੇ ਇੰਡੀਅਨ ਰੇਲਵੇਜ਼ ਦੁਆਰਾ। ਅਗਲੀ ਨਿਊਜ਼ ਆ ਗਈ ਪ੍ਰੈਜ਼ੀਡੈਂਟ ਯਾਨੀ ਕਿ ਰਾਸ਼ਟਰਪਤੀ ਦੀਆਂ ਪਾਰਡਨਿੰਗ ਪਾਵਰਸ ਬਾਰੇ। ਨਿਊਜ਼ ਇਹ ਹੈ, ਡਾਟਾ ਕਾ ਆਇਆ ਵੀ ਪ੍ਰੈਜ਼ੀਡੈਂਟ ਨੇ ਹੁਣ ਤੱਕ ਪਿਛਲੇ 9 ਸਾਲਾਂ ਦੇ ਵਿੱਚ ਕਿੰਨੇ ਕੁ ਲੋਕਾਂ ਨੂੰ ਡੈਥ ਸੈਂਟੈਂਸ ਸੀਗੀ ਜਿਹੜੀ ਉਹ ਕਮਿਊਟ ਕਰਤੀ। ਮਿਨਿਸਟਰੀ ਆਫ ਹੋਮ ਅਫੇਅਰਸ ਦੁਆਰਾ ਇਹ ਸਾਰਾ ਡਾਟਾ ਰਿਵੀਲ ਕਰਿਆ ਹੋਇਆ। ਹੁਣ ਆਪਾਂ ਲਈ ਇੰਪੋਰਟੈਂਟ ਇਹ ਹੈ ਵੀ ਰਾਸ਼ਟਰਪਤੀ ਹੈ ਜਿਹੜਾ ਆਪਣੇ ਦੇਸ਼ ਦਾ ਪ੍ਰੈਜ਼ੀਡੈਂਟ ਹੈ ਉਹਦੇ ਕੋਲ ਇਹੀਆਂ ਕਿਹੜੀਆਂ ਪਾਰਡਨਿੰਗ ਪਾਵਰਸ ਨੇ ਉਹਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆ। ਤਾਂ ਸਭ ਤੋਂ ਪਹਿਲਾਂ ਤਾਂ ਮਤਲਬ ਸਮਝੋ ਜੀ ਪਾਰਡਨ ਦਾ। ਪਾਰਡਨ ਦਾ ਆਸਾਨ ਪੰਜਾਬੀ ਭਾਸ਼ਾ ਦੇ ਵਿੱਚ ਮਤਲਬ ਹੁੰਦਾ ਜੀ ਮਾਫ਼ ਕਰਨਾ। ਸੋ ਪ੍ਰੈਜ਼ੀਡੈਂਟ ਕੋਲ ਮਾਫ਼ ਕਰਨ ਦੀਆਂ ਕਿਹੜੀਆਂ ਕਿਹੜੀਆਂ ਤਾਕਤਾਂ ਨੇ ਉਹਦੇ ਬਾਰੇ ਆਪਾਂ ਪੜ੍ਹਨਾ ਤੇ ਇਹ ਪਾਰਡਨਿੰਗ ਪਾਵਰਸ ਆਪਣੇ ਦੇਸ਼ ਦੇ ਰਾਸ਼ਟਰਪਤੀ ਨੂੰ ਕੌਂਸਟੀਟਿਊਸ਼ਨ ਦੇ ਕਿਹੜੇ ਆਰਟੀਕਲ ਦੇ ਤਹਿਤ ਮਿਲੀਆਂ ਹੋਈਆਂ ਨੇ ਉਹ ਹੈਗਾ ਜੀ ਆਰਟੀਕਲ 72। ਧਿਆਨ 'ਚ ਰੱਖਿਓ ਬਹੁਤ ਇੰਪੋਰਟੈਂਟ ਹੈ, ਆਰਟੀਕਲ 72 ਆਪਣੇ ਸੰਵਿਧਾਨ ਦਾ ਪ੍ਰੈਜ਼ੀਡੈਂਟ ਰਾਸ਼ਟਰਪਤੀ ਦੀਆਂ ਪਾਰਡਨਿੰਗ ਪਾਵਰਸ ਦੇ ਨਾਲ ਡੀਲ ਕਰਦਾ ਤੇ ਇਸ ਆਰਟੀਕਲ ਤੋਂ ਹੀ ਪ੍ਰੈਜ਼ੀਡੈਂਟ ਆਪਦੀ ਪਾਰਡਨਿੰਗ ਪਾਵਰਸ ਨੂੰ ਐਕਸਰਸਾਈਜ਼ ਕਰਦਾ। ਹੁਣ ਪ੍ਰੈਜ਼ੀਡੈਂਟ ਦਾ ਆਪਣਾ ਨਾਮ ਦਾ ਹੀ ਪ੍ਰੈਜ਼ੀਡੈਂਟ ਹੈ ਬੇਸਿਕਲੀ, ਇਹ ਜਿਹੜੀਆਂ ਪਾਰਡਨਿੰਗ ਪਾਵਰਸ ਪ੍ਰੈਜ਼ੀਡੈਂਟ ਐਕਸਰਸਾਈਜ਼ ਕਰਦਾ ਇਹ ਕੌਂਸਲ ਆਫ ਮਿਨਿਸਟਰ ਹੁੰਦੇ ਜਿਹੜੇ ਉਹਨਾਂ ਦੀ ਐਡਵਾਈਸ ਤੋਂ ਬਾਅਦ ਹੀ ਇਹਨਾਂ ਪਾਵਰਸ ਨੂੰ ਪ੍ਰੈਜ਼ੀਡੈਂਟ ਐਕਸਰਸਾਈਜ਼ ਕਰਦਾ। ਹੁਣ ਕਿਹੜੀਆਂ ਕਿਹੜੀਆਂ ਪਾਵਰਸ ਨੇ? ਬੇਸਿਕਲੀ ਆਹ 5 ਪਾਰਡਨਿੰਗ ਪਾਵਰਸ ਨੇ ਜੋ ਕਿ ਰਾਸ਼ਟਰਪਤੀ ਨੂੰ ਦਿੱਤੀਆਂ ਹੋਈਆਂ ਨੇ। ਇਹਨਾਂ ਬਾਰੇ ਜਿਹੜਾ ਕੁਝ ਲਿਖਿਆ ਹੋਇਆ ਇਹ ਤੁਸੀਂ PDF ਦੇ ਵਿੱਚ ਪੜ੍ਹ ਲਓ, ਮੈਂ ਤੁਹਾਨੂੰ ਆਸਾਨ ਦੇਸੀ ਭਾਸ਼ਾ ਦੇ ਵਿੱਚ ਸਮਝਾਉਣਾ ਵੀ ਇਹਨਾਂ 'ਚੋਂ ਇਕੱਲੀ ਇਕੱਲੀ ਦਾ ਮਤਲਬ ਹੁੰਦਾ ਕੀ ਹੈ। ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਦੇ ਹਾਂ ਜੀ ਪਾਰਡਨ ਦੀ। ਪਾਰਡਨ ਦਾ ਮਤਲਬ ਹੁੰਦਾ ਕਿਸੇ ਨੂੰ ਬਿਲਕੁਲ ਆਜ਼ਾਦ ਕਰ ਦੇਣਾ, ਉਹਦੀ ਚਾਹੇ ਉਹਨੂੰ ਡੈਥ ਸੈਂਟੈਂਸ ਮਿਲਿਆ ਹੋਵੇ, ਜਿਹੜੀ ਮਰਜ਼ੀ ਉਹਨੂੰ ਸਜ਼ਾ ਮਿਲੀ ਹੋਵੇ, ਉਹ ਕੰਪਲੀਟਲੀ ਰਾਸ਼ਟਰਪਤੀ ਦੁਆਰਾ ਮਾਫ਼ ਕੀਤੀ ਜਾਂਦੀ ਹੈ। ਜ਼ਿਆਦਾਤਰ ਪਾਰਡਨ ਦੇ ਵਿੱਚ ਡੈਥ ਸੈਂਟੈਂਸ ਹੀ ਹੁੰਦੇ ਨੇ। ਸੋ ਰਾਸ਼ਟਰਪਤੀ ਇੱਕ ਵਾਰ ਜੇ ਕਿਸੇ ਨੂੰ ਪਾਰਡਨ ਕਰਦੇ ਇਹਦਾ ਮਤਲਬ ਉਹਦੀ ਕੰਪਲੀਟ ਸਜ਼ਾ ਮਾਫ਼ ਹੋ ਗਈ। ਰਾਸ਼ਟਰਪਤੀ ਕਹਿੰਦਾ ਜਾ ਭਾਈ ਸ਼ੇਰਾ ਤੂੰ ਆਜ਼ਾਦ ਹੈ, ਤੇਰੀ ਹੁਣ ਕੋਈ ਫਾਂਸੀ ਨਹੀਂ, ਤੇਰੀ ਕੋਈ ਸਜ਼ਾ ਨਹੀਂ। ਇਹਨੂੰ ਤਾਂ ਕਿਹਾ ਜਾਂਦਾ ਜੀ ਪਾਰਡਨ। ਦੂਸਰੀ ਸਜ਼ਾ ਆ ਗਈ, ਦੂਸਰੀ ਆ ਗਈ ਜੀ ਕਮਿਊਟੇਸ਼ਨ। ਇਹ ਪਾਰਡਨਿੰਗ ਪਾਵਰ ਦਾ ਮਤਲਬ ਬੇਸਿਕਲੀ ਇਹ ਹੈ ਸਜ਼ਾ ਦੀ ਸਖਤਾਈ ਘਟਾ ਦੇਣੀ। ਸੁਣੋ ਧਿਆਨ ਨਾਲ, ਕਮਿਊਟੇਸ਼ਨ ਦਾ ਮਤਲਬ ਹੈਗਾ ਜੀ ਸਜ਼ਾ ਦੀ ਸਖਤਾਈ ਘਟਾਉਣੀ। ਆਪਾਂ ਅਕਸਰ ਸੁਣਦੇ ਹਾਂ ਫਿਲਮਾਂ ਦੇ ਵਿੱਚ, ਆਪਾਂ ਸੁਣਦੇ ਨੀ ਜੱਜ ਕਿਸੇ ਵੀ ਮੂਵੀ ਦੇ ਵਿੱਚ ਜੱਜ ਕਹਿ ਰਿਹਾ ਹੁੰਦਾ ਇਸ ਬੰਦੇ ਨੂੰ 10 ਸਾਲ ਦੀ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਹੁਣ ਇਹਦੇ ਵਿੱਚ ਕੀ ਹੁੰਦਾ, ਜਿਹੜਾ ਜੱਜ ਇਹ ਕਹਿੰਦਾ ਵੀ ਸਖ਼ਤ ਤੋਂ ਸਖ਼ਤ ਜਿਹੜਾ ਉਹ ਸ਼ਬਦ ਹੈ ਉਹਨੂੰ ਆਪਾਂ ਰਿਗਰਸ ਇੰਪਰੀਜ਼ਨਮੈਂਟ ਕਹਿੰਦੇ ਹਾਂ, ਉਹ ਸ਼ਬਦ ਘਟਾ ਦਿੰਦਾ ਪ੍ਰੈਜ਼ੀਡੈਂਟ, ਉਹਦੀ ਜਗ੍ਹਾ ਤੇ ਬਸ ਸਿੰਪਲ ਇੰਪਰੀਜ਼ਨਮੈਂਟ ਦੇ ਦਿੰਦਾ। ਮਤਲਬ ਇਹਦੇ ਵਿੱਚ ਸਜ਼ਾ ਦੀ ਜਿਹੜੀ ਸਖ਼ਤਾਈ ਹੈ ਉਹ ਘਟਾ ਦਿੱਤੀ ਹੁੰਦੀ ਹੈ, ਯਾਨੀ ਕਿ 10 ਸਾਲ ਦੀ ਜਿਹੜੀ ਉਸ ਪਰਸਨ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਦੀ ਸੀ ਉਹ ਸਖ਼ਤ ਸ਼ਬਦ ਚੱਕਦਾ, ਸਿੰਪਲ 10 ਸਾਲ ਦੀ ਜਿਹੜੀ ਸਿੰਪਲ ਇੰਪਰੀਜ਼ਨਮੈਂਟ ਹੈ ਉਹ ਜਿਹੜਾ ਮਤਲਬ ਕੈਦੀ ਹੈ ਸਿਰਫ ਉਹੀ ਕੱਟੂਗਾ। ਇਹਨੂੰ ਕਹਿੰਦੇ ਨੇ ਜੀ ਕਮਿਊਟੇਸ਼ਨ। ਤੀਸਰੀ ਆ ਗਈ ਜੀ ਰਿਮਿਸ਼ਨ।
ਰਿਮਿਸ਼ਨ ਦਾ ਮਤਲਬ ਹੁੰਦਾ ਜੀ ਸਜ਼ਾ ਘਟਾ ਦੇਣੀ, ਬਟ ਸਜ਼ਾ ਦੀ ਸਖਤਾਈ ਓਨੀ ਹੀ ਮੇਨਟੇਨ ਕਰਨੀ। ਐਗਜ਼ਾਮਪਲ ਸਮਝਦੇ ਹਾਂ, ਫਰਜ਼ ਕਰੋ ਕਿਸੇ ਇਨਸਾਨ ਨੂੰ 1 ਸਾਲ ਦੀ ਸਜ਼ਾ ਮਿਲੀ ਹੋਈ ਹੈ, ਠੀਕ ਹੈ, 1 ਸਾਲ ਦੀ ਉਹਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲੀ ਹੋਈ ਹੈ ਆਪਣੀ ਕਿਸੇ ਵੀ ਕੋਰਟ ਦੁਆਰਾ। ਹੁਣ ਰਿਮਿਸ਼ਨ ਦੇ ਵਿੱਚ ਰਾਸ਼ਟਰਪਤੀ ਕੀ ਕਰੂਗਾ, ਉਸ ਇਨਸਾਨ ਦੀ ਜਿਹੜੀ 1 ਸਾਲ ਦੀ ਸਖ਼ਤ ਤੋਂ ਸਖ਼ਤ ਸਜ਼ਾ ਹੈ ਉਹਨੂੰ ਘਟਾ ਕੇ ਪਹਿਲਾਂ ਤਾਂ 6 ਸਾਲ ਦੀ ਕਰ ਦੂਗਾ, ਬਟ ਜਿਹੜੀ ਸਜ਼ਾ ਦੀ ਸਖ਼ਤਾਈ ਹੈ ਉਹ ਓਨੀ ਹੀ ਮੇਨਟੇਨ ਰਹੂਗੀ। ਇਹਨੂੰ ਕਹਿੰਦੇ ਨੇ ਜੀ ਰਿਮਿਸ਼ਨ। ਅਗਲੀ ਪਾਰਡਨਿੰਗ ਪਾਵਰ ਆ ਗਈ ਜੀ ਰਿਸਪਾਈਟ। ਰਿਸਪਾਈਟ ਜਿਹੜੀ ਇਹ ਪਾਰਡਨਿੰਗ ਪਾਵਰ ਹੈ, ਬੇਸਿਕਲੀ ਇਹ ਕਈ ਸਪੈਸ਼ਲ ਗਰਾਉਂਡਸ ਹੋ ਗਏ ਉਹਨਾਂ ਦੇ ਆਧਾਰ ਤੇ ਸਜ਼ਾ ਘਟਾਈ ਜਾਂਦੀ ਹੈ ਕਿਸੇ ਵਿਅਕਤੀ ਦੀ। ਫੋਰ ਐਗਜ਼ਾਮਪਲ ਕੋਈ ਔਰਤ ਪ੍ਰੈਗਨੈਂਟ ਹੈ, ਉਹਨੂੰ ਜੇਲ੍ਹ ਹੋਈ ਹੋਵੇ, ਉਹਦੀ ਹਾਲਤ ਦੇਖਦੇ ਹੋਏ ਰਾਸ਼ਟਰਪਤੀ ਉਹਦੀ ਸਜ਼ਾ ਘਟਾ ਦਿੰਦਾ ਹੈ। ਮੈਡੀਕਲ ਲੀਵ ਦੇਣੀ ਹੋਵੇ ਕਿਸੇ ਨੂੰ ਤਾਂ ਉਦੋਂ ਇਹ ਪਾਰਡਨਿੰਗ ਪਾਵਰ ਵਰਤੀ ਜਾਂਦੀ ਹੈ, ਇਹਨੂੰ ਕਹਿੰਦੇ ਨੇ ਜੀ ਰਿਸਪਾਈਟ। ਤੇ ਆਖਰੀ ਆ ਗਈ ਜੀ ਰਿਪ੍ਰਾਈਵ। ਰਿਪ੍ਰਾਈਵ ਦਾ ਮਤਲਬ ਹੁੰਦਾ ਹੈ ਕਿਸੇ ਦੀ ਸਜ਼ਾ ਦੇ ਉੱਪਰ ਸਟੇਅ ਲਾਉਣੀ, ਕਿਸੇ ਦੀ ਡੈਥ ਸੈਂਟੈਂਸ ਦੇ ਉੱਪਰ ਟੈਂਪਰੇਰੀ ਸਸਪੈਂਸ਼ਨ ਹੋਣਾ, ਸਟੇਅ ਲਾਉਣੀ, ਉਹਨੂੰ ਕਹਿੰਦੇ ਨੇ ਜੀ ਰਿਪ੍ਰਾਈਵ। ਸੋ ਇਹ 5 ਤਰ੍ਹਾਂ ਦੀਆਂ ਪਾਰਡਨਿੰਗ ਪਾਵਰਸ ਨੇ ਜੋ ਕਿ ਦੇਸ਼ ਦੇ ਰਾਸ਼ਟਰਪਤੀ ਨੂੰ ਮਿਲੀਆਂ ਹੋਈਆਂ ਨੇ। ਹੁਣ ਬੱਚੇ ਅਕਸਰ ਇਹ ਕਨਫਿਊਜ਼ ਹੁੰਦੇ ਨੇਗੇ ਵੀ ਗਵਰਨਰ ਤੇ ਪ੍ਰੈਜ਼ੀਡੈਂਟ ਦੀ ਜਿਹੜੀ ਪਾਰਡਨਿੰਗ ਪਾਵਰਸ ਨੇ ਉਹਦੇ ਵਿੱਚ ਕੀ ਫਰਕ ਹੁੰਦਾ। ਤਾਂ ਸਭ ਤੋਂ ਪਹਿਲਾਂ ਸੁਣੋ ਧਿਆਨ ਨਾਲ, ਜਿਹੜਾ ਕਿਸੇ ਵੀ ਸਟੇਟ ਦਾ ਗਵਰਨਰ ਹੁੰਦਾ, ਧਿਆਨ ਨਾਲ ਸੁਣੋ, ਉਹ ਕਿਸੇ ਦਾ ਡੈਥ ਸੈਂਟੈਂਸ ਹੁੰਦਾ, ਕਿਸੇ ਨੂੰ ਡੈਥ ਸੈਂਟੈਂਸ ਦੀ ਸਜ਼ਾ ਮਿਲੀ ਹੁੰਦੀ ਹੈ, ਉਹਨੂੰ ਘਟਾ ਕੇ ਉਹ ਲਾਈਫ ਇਨਪ੍ਰਿਜ਼ਨਮੈਂਟ ਦੀ ਸਜ਼ਾ ਚ ਕਨਵਰਟ ਕਰ ਸਕਦਾ। ਇਹ ਗੱਲ ਯਾਦ ਰੱਖਿਓ, ਗਵਰਨਰ ਕਿਸੇ ਦੀ ਡੈਥ ਸੈਂਟੈਂਸ ਦੀ ਜਿਹੜੀ ਸਜ਼ਾ ਹੁੰਦੀ ਹੈ ਉਹਨੂੰ ਘਟਾ ਕੇ ਚਾਹੇ ਤਾਂ ਉਹ 20 ਸਾਲ ਹੀ ਕਰਦੇ ਚਾਹੇ 10 ਸਾਲ ਹੀ ਕਰਦੇ, ਇਹ ਪਾਵਰ ਤਾਂ ਗਵਰਨਰ ਕੋਲ ਹੁੰਦੀ ਹੈ ਜੀ। ਯਾਨੀ ਕਿ ਗਵਰਨਰ ਕਿਸੇ ਦੇ ਡੈਥ ਸੈਂਟੈਂਸ ਨੂੰ ਕਮਿਊਟ ਕਰ ਸਕਦਾ, ਬਟ ਗਵਰਨਰ ਕਿਸੇ ਵੀ ਵਿਅਕਤੀ ਦੀ ਪੂਰੀ ਸਜ਼ਾ ਮਾਫ ਨਹੀਂ ਕਰ ਸਕਦਾ, ਜਿਵੇਂ ਇਹ ਪਾਵਰ ਪ੍ਰੈਜ਼ੀਡੈਂਟ ਦਿੱਤੀ ਹੋਈ ਹੈ। ਪ੍ਰੈਜ਼ੀਡੈਂਟ ਕਿਸੇ ਵੀ ਪਰਸਨ ਦਾ ਡੈਥ ਸੈਂਟੈਂਸ ਉਹਨੂੰ ਕੰਪਲੀਟਲੀ ਮਾਫ ਕਰ ਸਕਦਾ, ਗਵਰਨਰ ਕੋਲ ਇਹ ਪਾਵਰ ਨਹੀਂ ਹੁੰਦੀ। ਡੈਥ ਸੈਂਟੈਂਸ ਨੂੰ ਘੱਟ ਸਖਤਾਈ ਵਾਲੀ ਸਜ਼ਾ ਦੇ ਵਿੱਚ ਕਨਵਰਟ ਕਰ ਸਕਦਾ, ਜਿਵੇਂ ਕਿ ਲਾਈਫ ਇਨਪ੍ਰਿਜ਼ਨਮੈਂਟ ਦੀ ਸਜ਼ਾ ਕਰ ਸਕਦਾ, ਇਹ ਪਾਵਰ ਹੁੰਦੀ ਹੈ ਜੀ ਗਵਰਨਰ ਕੋਲ। ਇਹ ਬੇਸਿਕਲੀ ਫਰਕ ਹੁੰਦਾ। ਦੂਸਰਾ ਪਾਵਰ, ਪ੍ਰੈਜ਼ੀਡੈਂਟ ਦੀ ਜਿਹੜੀ ਪਾਰਡਨਿੰਗ ਪਾਵਰਸ ਹੁੰਦੀਆਂ ਨੇ ਉਹ ਜਿਹੜੀ ਕੋਰਟ ਮਾਰਸ਼ਲ ਦੇ ਥਰੂ ਸਜ਼ਾ ਮਿਲਦੀ ਹੈ ਉੱਥੇ ਤੱਕ ਵੀ ਐਕਸਟੈਂਡ ਹੋ ਜਾਂਦੀ ਨੇ, ਬਟ ਗਵਰਨਰ ਕੋਲ ਇਹੋ ਜਿਹੀ ਕੋਈ ਪਾਵਰ ਨਹੀਂ ਹੁੰਦੀ। ਸੋ ਧਿਆਨ ਚ ਰੱਖਿਓ, ਗਵਰਨਰ ਨੂੰ ਪਾਰਡਨਿੰਗ ਪਾਵਰ ਕਿਹੜੇ ਆਰਟੀਕਲ ਦੇ ਤਹਿਤ ਮਿਲਦੀਆਂ ਨੇ, ਉਹ ਮਿਲਦੇ ਨੇ ਜੀ ਆਰਟੀਕਲ 161 ਦੇ ਤਹਿਤ। ਇਹ ਗੱਲਾਂ ਯਾਦ ਰੱਖਿਓ। ਅਗਲੀ ਨਿਊਜ਼ ਆ ਗਈ ਜੀ ਪ੍ਰਕਾਸ਼ ਪੋਰਟਲ ਦੇ ਨਾਲ ਰਿਲੇਟਡ। ਪ੍ਰਕਾਸ਼ ਦੀ ਸਭ ਤੋਂ ਪਹਿਲਾਂ ਦਾ ਫੁੱਲ ਫਾਰਮ ਯਾਦ ਰੱਖਿਓ, ਉਹ ਹੈਗੀ ਜੀ ਪਾਵਰ ਰੇਲ ਕੋਇਲਾ ਅਵੇਲੇਬਿਲਿਟੀ ਥਰੂ ਸਪਲਾਈ ਹਾਰਮੋਨੀ। ਇਸ ਪੋਰਟਲ ਦਾ ਬੇਸਿਕਲੀ ਮਕਸਦ ਇਹ ਹੈ ਵੀ ਇੱਕ ਤਾਂ ਜਿਹੜੀ ਕੋਲੇ ਦੀ ਸਪਲਾਈ ਹੈ ਉਹਦੇ ਵਿੱਚ ਟਰਾਂਸਪੇਰੈਂਸੀ ਆ ਸਕੇ, ਉਸ ਤੋਂ ਇਲਾਵਾ ਜਿਹੜੇ ਪਾਵਰ ਪਲਾਂਟ ਹੋ ਗਏ ਜਿਨ੍ਹਾਂ 'ਚ ਕੋਲਾ ਸਪਲਾਈ ਕਰਨਾ ਹੁੰਦਾ ਉੱਥੇ ਬੈਟਰ ਕੋਆਰਡੀਨੇਸ਼ਨ ਹੋ ਸਕੇ, ਤੇ ਉਸ ਤੋਂ ਇਲਾਵਾ ਜਿਹੜੇ ਵੀ ਸਟੇਕ ਹੋਲਡਰ ਨੇਗੇ ਕੋਲੇ ਦੀ ਸਪਲਾਈ ਦੇ ਨਾਲ ਡੀਲਿੰਗ ਕਰਦੇ ਨੇ, ਜਿਵੇਂ ਕਿ ਆਪਣੀ ਮਿਨਿਸਟਰੀ ਆਫ ਪਾਵਰ ਹੋ ਗਈ, ਮਿਨਿਸਟਰੀ ਆਫ ਕੋਲ ਹੋ ਗਈ, ਕੋਲ ਇੰਡੀਆ, ਰੇਲਵੇਜ਼ ਤੇ ਹੋਰ ਪਾਵਰ ਯੂਟੀਲਾਈਜ਼, ਇਹਨਾਂ ਸਾਰਿਆਂ ਦੇ ਵਿੱਚ ਪ੍ਰੋਪਰ ਕੋਲੇ ਦੀ ਸਪਲਾਈ ਹੋ ਸਕੇ ਬੈਟਰ ਕੋਆਰਡੀਨੇਸ਼ਨ ਦੇ ਥਰੂ ਤੇ ਪ੍ਰੋਪਰ ਟਰਾਂਸਪੇਰੈਂਸੀ ਦੇ ਥਰੂ। ਉਹਦੇ ਕਰਕੇ ਇਹ ਪੋਰਟਲ ਸਰਕਾਰ ਨੇ ਲਿਆਂਦਾ। ਇਸ ਪੋਰਟਲ ਨੂੰ ਡੈਵਲਪ ਕਿਹਨੇ ਕੀਤਾ, ਉਹ ਕੀਤਾ ਜੀ NTPC ਨੇ, ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ। NTPC ਇੱਕ ਮਹਾਰਤਨਾ ਕੰਪਨੀ ਹੈ, ਆਪਣੇ ਦੇਸ਼ ਦੇ ਵਿੱਚ ਟੋਟਲ 8 ਮਹਾਰਤਨਾ ਕੰਪਨੀ ਨੇ, ਉਹਦੇ ਵਿੱਚੋਂ ਇੱਕ ਦੇ ਤਾਂ ਹੁਣ ਸਰਕਾਰ ਜਿਹੜੇ ਸਟੇਕ ਨੇ ਆਪਦੇ ਉਹਨੂੰ ਵੇਚਣ ਦੇ ਲੱਗੀ ਪਈ ਹੈ। ਉਹ ਕਿਉਂ ਵੇਚਣ ਦੇ ਲੱਗੀ ਪਈ ਹੈ ਉਹ ਅਲੱਗ ਟੌਪਿਕ ਹੈ, ਕਿਸੇ ਫੇਰ ਦਿਨ ਜ਼ਰੂਰ ਸਮਝਾਉਂਗਾ ਮੈਂ ਤੁਹਾਨੂੰ। ਹੁਣ ਤੁਸੀਂ ਇਹ ਦੱਸੋ ਮੈਨੂੰ, NTPC ਇੱਕ ਮਹਾਰਤਨ ਕੰਪਨੀ ਹੈ, ਇਹਦਾ ਚੇਅਰਮੈਨ ਕੌਣ ਹੈ, ਉਹਦਾ ਨਾਮ ਕਮੈਂਟ ਬਾਕਸ ਦੇ ਵਿੱਚ ਤੁਸੀਂ ਲਿਖੋ। ਅਗਲੀ ਨਿਊਜ਼, 2 ਮਿਲਟਰੀ ਐਕਸਰਸਾਈਜ਼ ਚੱਲ ਰਹੀਆਂ ਨੇ। ਪਹਿਲੀ ਤਾਂ ਆ ਗਈ ਜੀ ਐਕੂਵੈਰੀਅਨ, 10ਵਾਂ ਐਡੀਸ਼ਨ ਹੈ ਇਸ ਐਕਸਰਸਾਈਜ਼ ਦਾ। ਬੇਸਿਕਲੀ ਇਹ ਇੰਡੀਆ ਤੇ ਮਾਲਦੀਵ ਜਿਹੜੀ ਕੰਟਰੀ ਹੈ ਦੋਵਾਂ ਵਿਚਾਲੇ ਹੋਣ ਵਾਲੀ ਜੁਆਇੰਟ ਮਿਲਟਰੀ ਐਕਸਰਸਾਈਜ਼ ਹੈ, ਤੇ ਇਹ ਹੈਲਡ ਹੋ ਰਹੀ ਹੈ ਜੀ ਪੂਨੇ ਜੋ ਕਿ ਮਹਾਰਾਸ਼ਟਰ ਵਿਖੇ। ਮਾਲਦੀਵ ਦੀ ਕੈਪੀਟਲ ਮਾਲੇ ਹੈਗੀ, ਠੀਕ ਹੈ, ਇੱਥੋਂ ਦੇ ਪ੍ਰੈਜ਼ੀਡੈਂਟ ਹੈਗੇ ਨੇ ਇਬਰਾਹਿਮ ਮੁਹੰਮਦ ਸੋਲੀ। ਅਗਲੀ ਐਕਸਰਸਾਈਜ਼ ਹੈਗੀ ਨੋਮੈਡਿਕ ਐਲੀਫੈਂਟ, 14ਵਾਂ ਐਡੀਸ਼ਨ ਇਸ ਐਕਸਰਸਾਈਜ਼ ਦਾ ਆਰਗੇਨਾਈਜ਼ ਹੋ ਰਿਹਾ, ਹੈਲਡ ਹੋ ਰਿਹਾ ਕਿੱਥੇ, ਆਪਣਾ ਜਿਹੜਾ ਹਿਮਾਚਲ ਪ੍ਰਦੇਸ਼ ਹੈ ਉੱਥੇ। ਇੰਡੀਆ ਤੇ ਮੰਗੋਲੀਆ ਦੇ ਵਿਚਾਲੇ ਇਹ ਕੰਡਕਟ ਕਰੀ ਜਾਣ ਵਾਲੀ ਜੁਆਇੰਟ ਮਿਲਟਰੀ ਐਕਸਰਸਾਈਜ਼ ਹੈ, ਤੇ ਇੰਡੀਆ ਵੱਲੋਂ ਆਪਣੀ ਜਿਹੜੀ ਰਾਜਪੂਤਾਨਾ ਰਾਈਫਲ ਬਟਾਲੀਅਨ ਹੈ ਇਹਦਾ ਇੱਕ ਕੰਟੀਜੈਂਟ ਇਸ ਐਕਸਰਸਾਈਜ਼ ਵਿੱਚ ਜਾ ਕੇ ਇੰਡੀਆ ਨੂੰ ਰੀਪ੍ਰੈਜੈਂਟ ਕਰੂਗਾ। ਲਾਸਟ ਦੇ ਵਿੱਚ ਅੱਜ ਦੀਆਂ ਬੁਲੇਟਿਨ ਨਿਊਜ਼ ਦੇਖਦੇ ਹਾਂ ਆਪਾਂ। ਸਭ ਤੋਂ ਪਹਿਲਾਂ ਪੈਪਸੀਕੋ ਦਾ ਜਿਹੜਾ ਬ੍ਰਾਂਡ ਲੇਜ਼ ਚਿਪਸ ਆਪਾਂ ਜਿਹੜੇ ਖਾਂਦੇ ਹੈਗੇ, ਉਹਨਾਂ ਦੇ ਨਵੇਂ ਬ੍ਰਾਂਡ ਅੰਬੈਸਡਰ ਅਪੁਆਇੰਟ ਕੀਤੇ ਗਏ ਨੇ ਰਣਬੀਰ ਕਪੂਰ ਤੇ ਆਲੀਆ ਭੱਟ ਨੂੰ। ਪੈਪਸੀਕੋ ਜਿਹੜਾ ਬ੍ਰਾਂਡ, ਬੇਸਿਕਲੀ ਜਿਹੜਾ ਪੈਪਸੀਕੋ ਗਰੁੱਪ ਹੈ ਇਹਦੇ ਪੁਰਾਣੇ ਚੇਅਰਮੈਨ ਹੁੰਦੇ ਸੀਗੇ ਇੰਦਰਾ ਨੂੰ, ਉਹਨਾਂ ਨੂੰ ਕਿਹਨੇ ਰਿਪਲੇਸ ਕਰਿਆ ਹੁਣ ਆ ਕੇ, ਯਾਨੀ ਕਿ ਪੈਪਸੀਕੋ ਦੇ ਨਵੇਂ CEO ਕੌਣ ਨੇ, ਉਹ ਕਮੈਂਟ ਬਾਕਸ ਦੇ ਵਿੱਚ ਤੁਸੀਂ ਲਿਖੋ। ਅਗਲੀ ਨਿਊਜ਼ ਆ ਗਈ YSR ਵਾਹਨ ਮਿੱਤਰਾ ਸਕੀਮ। ਇਹ ਸਕੀਮ ਨੂੰ ਆਂਧਰਾ ਪ੍ਰਦੇਸ਼ ਦੀ ਸਰਕਾਰ ਦੁਆਰਾ ਲਾਂਚ ਕੀਤਾ ਗਿਆ। YSR ਬੇਸਿਕਲੀ ਆਂਧਰਾ ਪ੍ਰਦੇਸ਼ ਜਿਹੜੀ ਪਾਰਟੀ ਹੈ ਉਹਦਾ ਨਾਮ ਹੀ ਹੈ YSR ਕਾਂਗਰਸ, ਜਗਨ ਮੋਹਨ ਰੈਡੀ ਦੀ ਉੱਥੇ ਸਰਕਾਰ ਹੈ। ਬੇਸਿਕਲੀ ਇਸ ਸਕੀਮ ਦੇ ਵਿੱਚ
10,000 ਰੁਪਇਆ ਲੋਕਾਂ ਦੇ ਖਾਤਿਆਂ ਦੇ ਵਿੱਚ ਜਾਊਗਾ ਤਾਂ ਕਿ ਜਿਹੜੇ ਵਹੀਕਲ ਦੇ ਉੱਪਰ ਖਰਚੇ ਨੇਗੇ ਐਕਸੈਸਿਵ ਖਰਚੇ ਨੇਗੇ ਜਿਵੇਂ ਕਿ ਇੰਸ਼ੋਰੈਂਸ ਵਗੈਰਾ ਹੋ ਗਿਆ ਮੇਨਟੇਨੈਂਸ ਦੇ ਚਾਰਜਿਸ ਹੋ ਗਏ ਉਹ ਸਾਰੇ ਕਵਰ ਕੀਤੇ ਜਾ ਸਕਣ। ਅਗਲੀ ਨਿਊਜ਼, UCO ਬੈਂਕ ਦੁਆਰਾ 2 ਐਪ ਇਨੀਸ਼ੀਏਟਿਵ ਲਾਂਚ ਕੀਤੇ ਗਏ ਨੇ। ਸਭ ਤੋਂ ਪਹਿਲਾਂ ਤਾਂ ਆ ਗਿਆ ਜੀ UCash ਤੇ ਦੂਸਰਾ ਆ ਗਿਆ DigiLocker ਡਿਜੀਟਲ ਐਪ। ਬੇਸਿਕਲੀ UCash ਦੇ ਵਿੱਚ ਇਹਦਾ ਮਤਲਬ ਕੀ ਹੈ, ਆਪਾਂ ਆਪਣੇ ਕੋਈ ਵੀ ਆਨਲਾਈਨ ਟ੍ਰਾਂਜੈਕਸ਼ਨ ਹੈ ਉਹ ਕਰ ਸਕਦੇ ਹਾਂ ਬਿਨਾਂ ਆਪਣੇ ਡੈਬਿਟ ਕਾਰਡ ਦੀ ਹੈਲਪ ਦੇ ਨਾਲ, ਯਾਨੀ ਕਿ ਆਪਾਂ ਨੂੰ ਹੁਣ ਡੈਬਿਟ ਕਾਰਡ ਦੀ ਵਰਤਣ ਦੀ ਲੋੜ ਨਹੀਂ, ਆਨਲਾਈਨ ਹੀ ਆਪਣੇ ਟ੍ਰਾਂਜੈਕਸ਼ਨ ਕਰ ਸਕਦੇ ਹਾਂ ਇਸ ਐਪ ਦੇ ਥਰੂ। DigiLocker ਦਾ ਮਤਲਬ ਇਹ ਹੁੰਦਾ, ਤੁਹਾਡੇ ਜਿਹੜੇ ਵੀ ਡਾਕੂਮੈਂਟ ਹੁੰਦੇ ਨੇ ਤੁਹਾਨੂੰ ਹੁਣ ਉਹਨਾਂ ਦੀ ਹਾਰਡ ਕਾਪੀ ਚੱਕਣ ਦੀ ਲੋੜ ਨਹੀਂ ਹੈਗੀ, ਤੁਸੀਂ ਆਪਦੇ ਜਿਹੜੇ ਵੀ ਡਾਕੂਮੈਂਟ ਨੇ ਉਹਨਾਂ ਨੂੰ ਤੁਸੀਂ ਆਨਲਾਈਨ ਸਟੋਰ ਕਰ ਸਕਦੇ ਹੋ ਤੇ ਤੁਹਾਨੂੰ ਜਦੋਂ ਵੀ ਆਪਦੇ ਕਿਸੇ ਵੀ ਡਾਕੂਮੈਂਟ ਦੀ ਲੋੜ ਪੈਗੀ ਉਹ ਤੁਸੀਂ ਆਨਲਾਈਨ ਡਾਕੂਮੈਂਟ ਉੱਥੋਂ ਲੈ ਸਕਦੇ ਹੋ। ਅਗਲੀ ਨਿਊਜ਼ ਆ ਗਈ ਵਰਲਡ ਐਨੀਮਲ ਡੇ, ਇੰਪੋਰਟੈਂਟ ਡੇ ਆ, 4 ਅਕਤੂਬਰ ਨੂੰ ਇਹ ਦਿਨ ਮਨਾਇਆ ਜਾਂਦਾ ਹੈ। ਅਗਲੀ ਨਿਊਜ਼, ਸਭ ਤੋਂ ਇੰਪੋਰਟੈਂਟ ਅਵਾਰਡ ਦਿੱਤਾ ਗਿਆ, ਇੱਕ ਸੁਪਰ ਇੰਪੋਰਟੈਂਟ ਕੁਐਸਚਨ ਹੈਗਾ, ਉਹਦਾ ਨਾਮ ਹੈਗਾ ਨਾਰਸੇਨ ਅਵਾਰਡ। ਇਹ ਅਵਾਰਡ ਯੂਨਾਈਟਿਡ ਨੇਸ਼ਨਸ ਹਾਈ ਕਮਿਸ਼ਨ ਆਫ ਰਿਫਿਊਜੀਸ, ਜਿਹਨੂੰ ਆਪਾਂ UNHCR ਕਹਿੰਦੇ ਹਾਂ, ਇਹਦਾ ਹੈੱਡਕੁਆਰਟਰ ਦੱਸੋ ਮੈਨੂੰ ਕਿੱਥੇ ਹੈ, ਇਹਦੇ ਦੁਆਰਾ ਇਹ ਅਵਾਰਡ ਦਿੱਤਾ ਜਾਂਦਾ। ਤੇ ਇਸ ਵਾਰ ਇਹ ਅਵਾਰਡ ਦਿੱਤਾ ਗਿਆ ਜੀ ਅਜ਼ੀਜ਼ ਬੇਗ ਅਸ਼ਰੋਵ। ਬੇਸਿਕਲੀ ਇਹ ਅਵਾਰਡ ਉਹਨਾਂ ਲੋਕਾਂ ਨੂੰ ਦਿੱਤਾ ਜਾਂਦਾ ਜਿਹੜੇ ਵੀ ਰਿਫਿਊਜੀਸ ਹੁੰਦੇ ਨੇ, ਬੇਘਰ ਲੋਕ ਹੁੰਦੇ ਨੇ, ਉਹਨਾਂ ਦੇ ਲਈ ਕੋਈ ਬੰਦਾ ਕੰਮ ਕਰੇ ਉਹਨਾਂ ਦੇ ਲਈ, ਠੀਕ ਹੈ, ਤਾਂ ਕਰਕੇ ਇਹ ਅਵਾਰਡ ਉਸ ਪਰਸਨ ਨੂੰ ਦਿੱਤਾ ਜਾਂਦਾ। ਹੁਣ ਜਿਹੜਾ ਇਹ ਅਜ਼ੀਜ਼ ਬੇਗ ਅਸ਼ਰੋਵ ਹੈ, ਇਹ ਕਿਰਗਿਸਤਾਨ ਕੰਟਰੀ ਹੈ, ਸੈਂਟਰਲ ਏਸ਼ੀਆ ਦੀ ਕੰਟਰੀ ਹੈ, ਮੈਪਿੰਗ ਸੀਰੀਜ਼ ਦੇ ਵਿੱਚ ਮੈਂ ਤੁਹਾਨੂੰ ਦਿਖਾਈ ਹੋਈ ਹੈ। ਉਸ ਕੰਟਰੀ ਦਾ ਇਹ ਇੱਕ ਵਕੀਲ ਹੈ, ਲਾਇਰ ਹੈ। ਕਿਰਗਿਸਤਾਨ ਕੰਟਰੀ ਹੈਗੀ ਜਿਹੜੀ ਬੇਸਿਕਲੀ ਇੱਥੋਂ ਦੇ 10,000 ਦੇ ਲਗਭਗ ਲੋਕ ਸੀਗੇ, ਉਹਨਾਂ ਕੋਲ ਉਹ ਰਿਫਿਊਜੀ ਸੀਗੇ, ਉਹਨਾਂ ਕੋਲ ਕਿਰਗਿਸਤਾਨ ਦੀ ਸਿਟੀਜ਼ਨਸ਼ਿਪ ਨਹੀਂ ਸੀ। ਸੋ ਇਹ ਜਿਹੜਾ ਅਜ਼ੀਜ਼ ਬੇਗ ਅਸ਼ਰੋਵ ਸੀਗਾ, ਇਹਨੇ ਉਹਨਾਂ ਲੋਕਾਂ ਦੀ ਭਲਾਈ ਦੇ ਲਈ ਕੰਮ ਕੀਤਾ ਤੇ ਉਹਨਾਂ ਲੋਕਾਂ ਨੂੰ ਕਿਰਗਿਸਤਾਨ ਦੀ ਸਿਟੀਜ਼ਨਸ਼ਿਪ ਦਿਵਾਉਣ ਦੇ ਵਿੱਚ ਹੈਲਪ ਕੀਤੀ ਸੀ, ਤਾਂ ਕਰਕੇ ਇਹ ਅਵਾਰਡ ਇਸ ਪਰਸਨ ਨੂੰ ਦਿੱਤਾ ਗਿਆ, ਬਹੁਤ ਇੰਪੋਰਟੈਂਟ ਅਵਾਰਡ। ਅਗਲੀ ਨਿਊਜ਼, ਇੰਗਲੈਂਡ ਦਾ ਇੱਕ ਕਲੱਬ ਹੈਗਾ, ਕ੍ਰਿਕਟ ਕਲੱਬ ਹੈ, ਉਹਦਾ ਨਾਮ ਹੈਗਾ ਮੈਰੀਲੇਬੋਨ ਕ੍ਰਿਕਟ ਕਲੱਬ। ਇਹਨੂੰ ਮੈਲਬੋਰਨ ਕ੍ਰਿਕਟ ਕਲੱਬ ਦੇ ਨਾਲ ਕਨਫਿਊਜ਼ ਨਾ ਕਰੋ, ਉਹ ਆਸਟ੍ਰੇਲੀਆ ਦੇ ਵਿਖੇ ਹੈ। ਸੋ ਇੰਗਲੈਂਡ ਦਾ ਇਹ ਕਲੱਬ ਹੈ, ਇਹਦਾ ਨਾਮ ਹੈਗਾ ਮੈਰੀਲੇਬੋਨ ਕ੍ਰਿਕਟ ਕਲੱਬ। ਇਹਦੇ ਨਵੇਂ ਪ੍ਰੈਜ਼ੀਡੈਂਟ ਅਪੁਆਇੰਟ ਹੋਏ ਨੇ, ਉਹਨਾਂ ਨਾਮ ਹੈਗਾ ਕੁਮਾਰ ਸੰਗਕਾਰਾ। ਸ਼੍ਰੀਲੰਕਾ ਦੇ ਇਹ ਖਿਡਾਰੀ ਹੁੰਦੇ ਸੀ, ਪੂਰਵ ਖਿਡਾਰੀ ਹੁੰਦੇ ਸੀਗੇ, ਸ਼੍ਰੀਲੰਕਾ ਦੀ ਕ੍ਰਿਕਟ ਟੀਮ ਦੇ ਇਹ ਕੈਪਟਨ ਵੀ ਹੁੰਦੇ ਸੀਗੇ। ਇੰਪੋਰਟੈਂਟ ਗੱਲ ਇਹ ਹੈ, ਇਹ ਪਹਿਲੇ ਨਾਨ ਬ੍ਰਿਟਿਸ਼ ਪ੍ਰੈਜ਼ੀਡੈਂਟ ਨੇਗੇ ਇਸ ਕਲੱਬ ਦੇ। ਕੁਐਸਚਨ ਮੈਂ ਤੁਹਾਡੇ ਤੋਂ ਹੋਰ ਪੁੱਛਦਾ, ਦੁਨੀਆ ਦਾ ਸਭ ਤੋਂ ਓਲਡੈਸਟ ਕ੍ਰਿਕਟ ਕਲੱਬ ਕਿਹੜਾ ਹੈ, ਉਹਦਾ ਨਾਮ ਕਮੈਂਟ ਬਾਕਸ ਦੇ ਵਿੱਚ ਲਿਖੋ। ਅਗਲੀ ਨਿਊਜ਼ ਆ ਗਈ ਵਰਲਡ ਟੀਚਰ ਡੇ, 5 ਅਕਤੂਬਰ ਨੂੰ ਮਨਾਇਆ ਜਾਂਦਾ, ਇਹਨੂੰ ਨੈਸ਼ਨਲ ਟੀਚਰ ਡੇ ਦੇ ਨਾਲ ਆਪਣਾ ਤੁਸੀਂ ਕਨਫਿਊਜ਼ ਨਾ ਕਰਿਓ, ਉਹ 5 ਸਤੰਬਰ ਹੁੰਦਾ, ਬਟ ਵਰਲਡ ਟੀਚਰ ਡੇ ਇਹ 5 ਅਕਤੂਬਰ ਹੁੰਦਾ। ਤੇ ਇਸ ਵਾਰ ਇਹਦਾ ਥੀਮ ਹੈਗਾ ਜੀ ਯੰਗ ਟੀਚਰਸ ਦਾ ਫਿਊਚਰ ਆਫ ਪ੍ਰੋਫੈਸ਼ਨ। ਅਗਲੀ ਨਿਊਜ਼, ਇੰਡੀਆ ਦਾ ਪਹਿਲਾ ਪਲਾਸਟਿਕ ਟੂ ਡੀਜ਼ਲ ਕਨਵਰਜਨ ਪਲਾਂਟ ਹੈ, ਇਹ ਕਿੱਥੇ ਇਨੋਗ੍ਰੇਟ ਕੀਤਾ ਗਿਆ, ਇਹ ਕੀਤਾ ਗਿਆ ਜੀ ਮਥੁਰਾ ਯੂਪੀ ਵਿਖੇ, ਠੀਕ ਹੈ। ਮਥੁਰਾ ਯੂਪੀ ਉਹੀ ਜਗ੍ਹਾ ਜਿੱਥੇ ਪਿਛਲੇ ਸਾਲ ਇੰਡੀਆ ਦਾ ਪਹਿਲਾ ਐਲੀਫੈਂਟ ਹਸਪੀਟਲ ਉਹ ਵੀ ਇਨੋਗ੍ਰੇਟ ਕੀਤਾ ਗਿਆ ਸੀ। ਅਗਲੀ ਨਿਊਜ਼, ਦਿੱਲੀ ਤੋਂ ਲੁਧਿਆਣਾ ਇੰਟਰਸਿਟੀ ਐਕਸਪ੍ਰੈਸ ਟ੍ਰੇਨ ਚੱਲਦੀ ਸੀ, ਉਹਦਾ ਨਾਮ ਬਦਲ ਦਿੱਤਾ ਗਿਆ, ਉਹਦਾ ਨਾਮ ਰੱਖ ਦਿੱਤਾ ਗਿਆ ਜੀ ਸਰਬੱਤ ਦਾ ਭਲਾ ਐਕਸਪ੍ਰੈਸ। ਇਹਨੂੰ ਦਿੱਲੀ ਤੋਂ ਹਰੀ ਝੰਡੀ ਦਿੱਤੀ। ਬੇਸਿਕਲੀ ਆਪਾਂ ਸਾਰਿਆਂ ਨੂੰ ਪਤਾ ਹੈ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ 550ਵੀਂ ਮਤਲਬ ਪ੍ਰਕਾਸ਼ ਪੁਰਬ ਉਤਸਵ ਹੈਗਾ, ਉਹਨੂੰ ਕਮੈਮੋਰੇਟ ਕਰਨ ਦੇ ਲਈ ਇਹ ਟ੍ਰੇਨ ਦਾ ਨਾਮ ਬਦਲ ਦਿੱਤਾ ਗਿਆ ਤੇ ਇਹ ਸੁਲਤਾਨਪੁਰ ਲੋਧੀ ਕਪੂਰ ਸਾਰੇ ਏਰੀਆ ਦੇ ਵਿੱਚੋਂ ਇਹ ਟ੍ਰੇਨ ਲੰਘੂਗੀ। ਅਗਲੀ ਨਿਊਜ਼ ਆ ਗਈ ਜੀ ਬੈਨ ਸਟੋਕ, ਪਹਿਲਾਂ ਤਾਂ ਇਹ ਦੱਸੋ ਇਹ ਕਿਹੜੀ ਕੰਟਰੀ ਦਾ ਕ੍ਰਿਕਟ ਪਲੇਅਰ ਹੈ। ਇਹਨੂੰ ਪ੍ਰੋਫੈਸ਼ਨਲ ਕ੍ਰਿਕਟ ਐਸੋਸੀਏਸ਼ਨ ਪਲੇਅਰ ਆਫ ਦਾ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਬੈਨ ਸਟੋਕਸ ਨੂੰ। ਲਾਸਟ ਨਿਊਜ਼ ਆ ਗਈ, ਇੰਡੀਆ ਦਾ ਪਹਿਲਾ ਫਸਟ ਐਵਰ ਫਲੋਟਿੰਗ ਬਾਸਕਟਬਾਲ ਕੋਰਟ, ਇਹ ਕਿੱਥੇ ਓਪਨ ਹੋਇਆ ਜੀ, ਇਹ ਓਪਨ ਹੋਇਆ ਜੀ ਮੁੰਬਈ ਵਿਖੇ, ਅਰੇਬੀਅਨ ਸੀ ਦੇ ਲਾਗੇ ਇਹ ਜਿਹੜਾ ਬਾਸਕਟਬਾਲ ਕੋਰਟ ਹੈ, ਫਲੋਟਿੰਗ ਬਾਸਕਟਬਾਲ ਕੋਰਟ ਹੈ, ਇਹ ਇਨੋਗ੍ਰੇਟ ਇਹ ਓਪਨ ਕੀਤਾ। ਸੋ ਇਹ ਸੀ ਆਪਣਾ ਸਾਰਾ ਅੱਜ ਦਾ ਅਨੈਲਿਸਿਸ। ਵੀਡੀਓ ਦੀ ਜਿਹੜੀ PDF ਹੈ ਉਹ ਤੁਸੀਂ ਸਾਡੇ ਟੈਲੀਗ੍ਰਾਮ ਗਰੁੱਪ ਦੇ ਵਿੱਚੋਂ ਜਾ ਕੇ ਲੈ ਸਕਦੇ ਹੋ, ਉਹਦਾ ਲਿੰਕ ਇਹ ਦਿੱਤਾ ਹੋਇਆ ਜਾਂ ਮੈਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਵੀ ਐਡ ਕਰ ਦੂੰਗਾ। ਸੋ ਮਿਲਦੇ ਹਾਂ ਕੱਲ੍ਹ ਦੀਆਂ ਨਿਊਜ਼ ਦੇ ਨਾਲ, ਧੰਨਵਾਦ।